ਸੁੱਖਾ ਸ਼ੱਕ ਸਚੇਤ ਪੁਨ ਹੋਵੇ। ਸਤਸੰਗ ਜੀ ਉਸ ਵੇਲੇ ਸੁੱਖਾ ਵੀ ਲਿਖਿਆ ਹੈ ਇੱਥੇ, ਭਾਵੇਂ ਅੱਜ ਕੱਲ ਸ਼ਰਾਬ ਨੂੰ ਤਾਂ ਦੁਨੀਆਂ ਨਹੀਂ ਨਿੰਦਦੀ, ਸੁੱਖੇ ਨੂੰ ਨਿੰਦਣ ਵਾਸਤੇ ਲੱਕ ਬੰਨ ਲੈਂਦੀ ਹੈ। ਇਸੇ ਤਰ੍ਹਾਂ ਖਾਲਸਾ ਜੀ ਕੀ ਵਿਸਥਾਰ ਕਰੀਏ, ਦੁਨੀਆਂ ਦੇ ਤਖਤੇ ਉੱਤੇ ਜਿੰਨੇ ਅਮਲ ਨੇ ਸਾਰੀ ਦੁਨੀਆਂ ਉਹਨਾਂ ਦਾ ਪ੍ਰਯੋਗ ਕਰਦੀ ਹੈ। ਆਪਾਂ ਧਾਰਮਿਕ ਲਾਈਨ ਦੇ ਵਿੱਚ ਹਾਂ ਸਤਸੰਗਤ ਜੀ, ਧਾਰਮਿਕ ਲਾਈਨ ਦੇ ਅੰਦਰ ਵੀ ਸਤਸੰਗਤ ਜੀ ਨਸ਼ੇ ਹਨ। ਯੋਗੀਆਂ ਪਾਸ ਜਾਓ, ਬੜੇ ਬੜੇ ਤਪੱਸੀਆਂ ਕੋਲੇ ਜਾਓ, ਸਤਸੰਗਤ ਜੀ ਉਹ ਵੀ ਵਰਤਦੇ ਰਹੇ ਯੋਗੀ ਸ਼ਰਾਬਾਂ ਕੱਢ ਕੱਢ ਕੇ। ਹੁਣ ਤਾਂ ਗੁਰਬਾਣੀ ਦੇ ਵਿੱਚ ਯੋਗੀਆਂ ਨੇ ਸ਼ਰਾਬ ਕੱਢਣ ਦੀ ਸਤਸੰਗਤ ਜੀ ਜੁਗਤੀ ਭਾਈ ਭਗਤ ਕਬੀਰ ਜੀ ਨੂੰ ਦੱਸਦੇ ਰਹੇ। ਭਾਵੇਂ ਆਪਾਂ ਕਹਿੰਦੇ ਹਾਂ ਨਾਮ ਦਾ ਅਮਲ ਹੈ, ਫੌਜੀ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪੁੱਛੋ ਫੌਜ ਦੇ ਵਿੱਚ ਕੋਟਾ ਹੈ ਕਿ ਨਹੀਂ, ਫੌਜੀ ਕਿਤੇ ਰੋਜ਼ ਲੜਦੇ ਨੇ, ਉਹਨਾਂ ਨੂੰ ਕਿਉਂ ਮਿਲਦੀ ਹੈ, ਹੋਰ ਮਹਿਕਮੇ ਨੂੰ ਨਹੀਂ ਮਿਲਦੀ। ਇਹ ਸੂਰਮੇ ਦਾ ਆਹਾਰ ਅਮਲ ਹੈ। ਲੇਕਿਨ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਵਿੱਚ ਧਰਮ ਤਾਂ ਰੱਖਦੇ ਸੀਗੇ ਕਿ ਜਿਹੜਾ ਧਰਮੀ ਸੂਰਮਾ ਹੋਊ ਉਹ ਕਿਸੇ ਦਾ ਹੈਗਾ, ਉਹ ਧੋਖਾ ਨਹੀਂ ਗੌਰਮੈਂਟ ਨੂੰ ਦੇਵੇਗਾ, ਉਹਨੂੰ ਸਹੁੰ ਖਵਾਈ ਜਾਂਦੀ ਸੀ। ਜਿਹਦਾ ਆਪਦਾ ਧਰਮ ਕੋਈ ਨਹੀਂ ਉਹ ਗੌਰਮੈਂਟ ਨੂੰ ਧੋਖਾ ਦੇਣ ਲੱਗਾ ਕੀ ਦੇਰ ਲਾਊਗਾ। ਇਸ ਕਰਕੇ ਪਹਿਲੀਆਂ ਗੌਰਮੈਂਟਾਂ ਸਤਸੰਗਤ ਜੀ ਆਪੋ ਆਪਣੇ ਧਰਮ ਨੂੰ ਪਰਪੱਕ ਕਹਿੰਦੇ ਸੀ ਰੱਖੋ, ਤੇ ਉਹਨਾਂ ਨੂੰ ਵੀ ਭਰੋਸਾ ਵੱਧ ਜਾਂਦਾ ਸੀ ਵੀ ਉਹਨਾਂ ਨੂੰ ਸਹੁੰ ਖਵਾਉਂਦੇ ਸੀ ਦੇਖ ਲੈ ਤੂੰ ਨੌਕਰੀ ਇਮਾਨਦਾਰੀ ਨਾਲ ਕਰੇਗਾ, ਫੌਜ ਵਿੱਚ ਬੇਈਮਾਨੀ ਤਾਂ ਨਹੀਂ ਕਰੇਗਾ, ਬੈਰੀ ਨਾਲ ਤਾਂ ਨਹੀਂ ਰਲੇਗਾ ਜਾ ਕੇ, ਕੋਈ ਭੇਦ ਤਾਂ ਨਹੀਂ ਦੇਵੇਗਾ, ਉਹਦੇ ਤੇ ਭਰੋਸਾ ਹਾਂ ਹਾਂ ਤਾਂ ਕਹੀ ਜਾਂਦਾ ਹਰ ਕੋਈ। ਹਰ ਕੋਈ ਸਤਸੰਗਤ ਜੀ ਜਿਹਨੂੰ ਕੋਈ ਆਪਣੇ ਇਸ਼ਟ ਨੂੰ ਮੰਨਦਾ ਉਹਦੀ ਝੂਠੀ ਸਹੁੰ ਨਹੀਂ ਅਗਲਾ ਖਾਂਦਾ। ਕੋਈ ਪਚਾਦਾ ਸੀ ਉਹਨੇ ਕਿਸੇ ਦੀ ਚੱਕ ਲਈ ਖੁਆੜੀ, ਕਹਿੰਦੇ ਪਚਾਦਿਆ ਤੂੰ ਚੱਕੀ ਆ ਖੁਆੜੀ, ਕਹਿੰਦੇ ਨਹੀਂ, ਕਹਿੰਦੇ ਸੱਚ ਦੇ ਅਸੀਂ ਕੁਰਾਨ ਸ਼ਰੀਫ ਤੇਰੇ ਸਿਰ ਤੇ ਰੱਖੀਏ, ਕਹਿੰਦਾ ਕੁਰਾਨ ਸ਼ਰੀਫ ਤਾਂ ਚੱਕਰੂ ਫਿਰ ਮੈਂ ਖੁਆੜੀ, ਕਹਿੰਦਾ ਉਜਾਗਰ ਰੱਖੂ ਫਿਰ ਮੈਂ ਲੁਕੋ ਕੇ ਨਹੀਂ ਰੱਖਣੀ। ਭਾਵ ਕੀ ਜਦੇ ਉਗੜਿਆ ਆ ਵੀ ਚੋਰੀ ਕੀਤੀ ਹੈ ਇਹਨੇ। ਇਸੇ ਤਰ੍ਹਾਂ ਸਤਸੰਗਤ ਜੀ ਮਾਈਆਂ ਕਿੰਨੀਆਂ ਸਹੁੰਾਂ ਖਾ ਲੈਣ, ਜੇ ਕਹਿ ਲੈ ਪੁੱਤ ਦੀ ਸਹੁੰ ਖਾ ਤਾਂ ਸਿਰ ਤੇ ਰੱਖ ਕੇ, ਮਾਈ ਮਰਜੂ ਕਦੇ ਨੀ ਪੁੱਤ ਦੀ ਸਹੁੰ ਖਾਂਦੀ ਚਾਹੇ ਸੱਚੀ ਹੋਵੇ। ਇਸੇ ਤਰ੍ਹਾਂ ਸਤਸੰਗਤ ਜੀ ਸੂਰਮੇ ਨੇ ਜਿਹੜੇ ਸੂਰਮਿਆਂ ਦੇ ਅੰਦਰ ਸਤਸੰਗਤ ਜੀ ਅਮਲ ਦਾ ਵਰਤਾਰਾ ਵਰਤਦਾ ਹੈ। ਇੱਕ ਗੌਰਮੈਂਟ ਦੋ ਸਾਰੀ ਦੁਨੀਆਂ ਦੇ ਉੱਤੇ ਸਤਸੰਗਤ ਜੀ ਜਿੰਨੀਆਂ ਫੌਜਾਂ ਨੇ ਦਿੱਤੀਆਂ ਕਿ ਨਹੀਂ ਸ਼ਰਾਬਾਂ ਦਿੱਤੀਆਂ ਜਾਂਦੀਆਂ, ਲੇਕਿਨ ਗੁਰੂ ਘਰ ਵਿੱਚ ਆਪਾਂ ਧਰਮੀ ਸੂਰਮੇ ਹੈ, ਸ਼ਰਾਬ ਹੈ ਜਿਹੜੀ ਇਹ ਕੁਰੈਤ ਹੈ। ਦੁਰਮਤ ਮਲ ਜੋ ਪੀਵਤੇ ਬਿਖਲੀਪਤ ਕਮਲੀ, ਨਾਮ ਰਸਾਇਣ ਰਜੋ ਰਤੇ ਨਾਨਕ ਸੱਚ ਅਮਲੀ। ਜਿਵੇਂ ਗੰਦੇ ਧੂਏ ਨੇ ਹਿੰਦੂਆਂ ਦਾ ਧਰਮ ਮਲੀਆ ਮੇਟ ਕਰ ਦਿੱਤਾ, ਗੁਰਸਿੱਖਾਂ ਦੇ ਧਰਮ ਨੂੰ ਸਤਸੰਗ ਜੀ ਸ਼ਰਾਬ ਨੇ ਤਬਾਹ ਕਰਕੇ ਰੱਖ ਦਿੱਤਾ। ਇਹ ਨੀ ਪ੍ਰੇਮ ਨਹੀਂ ਹੈ, ਨਗਰਾਂ ਚ ਉੱਥੇ ਜਾਣ ਦਾ ਸਮਾਂ ਮਿਲਿਆ ਪੰਜਾਬ ਵਿੱਚ ਵੀ ਸਤਸੰਗਤ ਜੀ। ਸਵੇਰੇ ਬੜੇ ਸਿਆਣਿਆਂ ਸਿਆਣਿਆਂ ਨੇ ਫੌਜੀ ਰਿਟਾਇਰਾਂ ਨੇ ਆ ਕੇ ਕਥਾ ਸੁਣਨੀ ਅੰਮ੍ਰਿਤ ਬਾਣੀ ਦੀ। ਰਾਤ ਨੂੰ ਜੇ ਕਹਿਣਾ ਜੀ ਰਾਤ ਸੰਗਤ ਜ਼ਿਆਦੇ ਹੁੰਦੀ ਹੈ ਨਾਲੇ ਕਥਾ ਸੁਖਾਲੀ ਹੈ, ਉਹ ਜੀ ਫੇਰ ਕੀ ਕਰੀਏ, ਫੌਜ ਵਿੱਚ ਸੁਭਾਅ ਪੈ ਗਿਆ ਉਹ ਨਹੀਂ ਹਟਦਾ। ਗੁਰੂ ਮਹਾਰਾਜ ਦੇ ਵੀ ਭੈ ਰੱਖਣਾ ਪੈਂਦਾ, ਰੋਟੀ ਖਾ ਕੇ ਫਿਰ ਉਹ ਘੁੱਟ ਕੀਤੀ ਤੇ ਫਿਰ ਕਿਵੇਂ ਅਸੀਂ ਗੁਰਦੁਆਰੇ ਆਈਏ। ਭਾਵ ਉਹ ਐਸੀ ਪਰਪੱਕ ਆਦਤ ਪੈ ਗਈ ਜਿਹੜੇ ਕਿ ਗੁਰੂ ਘਰੋਂ ਵੀ ਸਤਸੰਗਤ ਜੀ ਉਹਨੇ ਰੋਕ ਦਿੱਤਾ। ਇਸ ਕਰਕੇ ਸਤਸੰਗਤ ਜੀ ਸਾਨੂੰ ਇਸ ਚੀਜ਼ ਨੇ ਤਬਾਹ ਕਰ ਦਿੱਤਾ। ਹੁਣ ਗੁਰੂ ਕਹਿੰਦੇ ਵੀ ਸਤਸੰਗ ਜੀ ਫੌਜਾਂ ਰੱਖੀਆਂ, ਉਸ ਸਮੇਂ ਤੋਂ ਸਤਸੰਗਤ ਜੀ ਸੁੱਖਾ ਫੀਮ ਆਦਿਕ ਇਹ ਚੀਜ਼ਾਂ ਪ੍ਰਵਿਰਤ ਹੋਈਆਂ। ਜੇ ਕਹੀਏ ਵੀ ਨੁਕਸਾਨ ਕਰਦੀਆਂ, ਨੁਕਸਾਨ ਸਤਸੰਗ ਜੀ ਜਿਹੜੀ ਚੀਜ਼ ਤੁਸੀਂ ਜ਼ਿਆਦਾ ਵਰਤੋਂਗੇ ਕਰੇਗੀ। ਪਹਿਲਾਂ ਤਾਂ ਉਹ ਚੀਜ਼ ਦਾ ਅਨੁਪਾਨ ਕਰੋ ਜਿਹੜੀ ਧਰਮ ਵਿਰੋਧੀ ਤਾਂ ਨਹੀਂ। ਦੂਸਰੇ ਪਕਸ਼ ਦੇ ਅੰਦਰ ਅੱਜ ਹਜ਼ੂਰ ਸਾਹਿਬ ਤਿੰਨ ਵਾਰੀ ਭੋਗ ਲੱਗਦਾ ਸੁੱਖੇ ਦਾ, ਕੱਲ ਨੂੰ ਭਾਵੇਂ ਹਟਾ ਦੇਣ ਹੋਰ ਪ੍ਰਬੰਧਕ ਆ ਜਾਣ ਪਰ ਅੱਜ ਦਾ ਤਾਂ ਨਹੀਂ ਹੈ। ਪਰ ਦੋਸ਼ ਕੀ ਲਾਇਆ ਜਾਂਦਾ, ਕੋਈ ਪੁਜਾਰੀ ਪੀਂਦਾ ਹੁੰਦਾ ਸੀ ਜੀ ਉੱਥੇ,
ਉਹ ਲੱਗ ਗਿਆ। ਇਹ ਕੋਈ ਦਲੀਲਾਂ ਨੇ। ਪੁਰਾਣੇ ਸਤਸੰਗ ਦੀ ਸੰਸਥਾ ਦੇ ਅੰਦਰ ਦੂਸਰੇ ਪਕਸ਼ ਦੇ ਅੰਦਰ ਰੋਟੀ ਹੈ ਜੇ ਜ਼ਿਆਦਾ ਖਾ ਲਾਂਗੇ ਭਾਈ ਭੋਜਨ ਗਰ ਲਗਾ ਏ ਜ਼ਹਿਰ ਹੀ ਹੈ ਆਪੇ ਉਲਟਣਾ ਹੀ ਹੈ। ਜਿਹੜੀ ਮਰਜ਼ਾਦਾ ਹੈ ਅੱਗੇ ਸਤਸੰਗ ਜੀ ਘਰਾਂ ਦੇ ਵਿੱਚ ਸਰਦਾਈਆਂ ਰਗੜਦੇ ਹੁੰਦੇ ਅੱਜ ਤਾਂ ਡੋਲੇ ਹੀ ਨਹੀਂ ਕੰਮ ਕਰਦੇ ਅੱਜ ਕੱਲ ਤਾਂ ਚਾਹਾਂ ਨੇ ਫੂਕ ਕੇ ਰੱਖ ਦਿੱਤੇ। ਚਾਹਾਂ ਕਦੋਂ ਕਦੀਆਂ ਚੱਲੀਆਂ ਪਹਿਲਾਂ ਚਾਹਾਂ ਹੀ ਨਹੀਂ ਸੀ ਹੁੰਦੀਆਂ। ਘਰਾਂ ਦੇ ਵਿੱਚ ਸਤਸੰਗ ਜੀ ਥੋੜੀ ਜਿਹੀ ਖਸਖਸ ਪਾਉਣੀ, ਗੁਲਾਬ ਦੇ ਫੁੱਲ, ਚਾਰੇ ਮਗਜ਼, ਨਿੱਕੀਆਂ ਮਿਰਚਾਂ, ਨਿੱਕੀਆਂ ਲੈਚੀਆਂ, ਸਾਰਿਆਂ ਦੇ ਘਰਾਂ ਚ ਰਗੜੇ ਰੱਖਦੇ ਸੀ। ਰਗੜੋ ਰਗੜੀ ਹੋਈ, ਨੰਗਾ ਭੁੱਖਾ ਰਿਹਾ ਨਾ ਕੋਈ। ਨਾਲੇ ਬੱਚਿਆਂ ਦੇ ਸਤਸੰਗ ਜੀ ਦਿਲ ਨਹੀਂ ਸੀ ਭੁੱਜਦੇ, ਚਾਹਾਂ ਦੇ ਨਾਲ ਫੂਕੇ ਪਏ ਨੇ ਬਿਮਾਰੀਆਂ ਦਾ ਘਰ। ਸਵੇਰ ਵੇਲੇ ਸਤਸੰਗ ਜੀ ਮੱਖਣ ਤੇ ਦਹੀਂ ਘਿਓ ਖਾਣਾ, ਲੱਸੀ ਪੀਣੀ ਰੱਜ ਰੱਜ ਕੇ। ਕਈਆਂ ਦੀਆਂ ਅੰਮ੍ਰਿਤ ਵਰਗੀਆਂ ਖੁਰਾਕਾਂ ਸੀ, ਮਾਈਆਂ ਦੇ ਭਰਵਾਨਾਂ ਵਰਗੇ ਡੌਲੇ ਸੀ, ਤੜਕੇ ਉੱਠ ਕੇ ਚੱਕੀ ਝੋ ਦੇਣੀ। ਕੁਰਬਾਨੀ ਸੀ ਨਾ, ਜਦ ਨੂੰ ਨਿਆਣਿਆਂ ਨੇ ਉੱਠਣਾ ਉਦੋਂ ਨੂੰ ਸਤਸੰਗ ਜੀ ਮਾਈ ਨੇ ਦਿਹਾੜੀ ਦਾ ਘਰਦਿਆਂ ਨੂੰ ਰੋਟੀਆਂ ਵਾਸਤੇ ਇੰਤਜ਼ਾਮ ਕਰ ਦਿੰਦੀ ਸੀ, ਪਕਾ ਕੇ ਰੱਖ ਦਿੰਦੀ, ਆਟਾ ਪੀਹ ਕੇ ਰੱਖ ਦਿੰਦੀ ਸੀ। ਨਾਲੇ ਦਿਨੇ ਪਸ਼ੂਆਂ ਵਾਸਤੇ ਦਾਣਾ ਵੀ ਦਲ ਦੇਣਾ। ਕੌਣ ਸੀ, ਕਿੱਥੇ ਸੀ ਮਸ਼ੀਨਾਂ ਖਾਲਸਾ ਜੀ, ਕੀ ਬਿਮਾਰੀ ਠਮਾਰੀ ਨੇੜੇ ਸੀ, ਉਹ ਸੀ ਤਪ ਮਾਈਆਂ ਦਾ। ਸੋ ਸਤਸੰਗਤ ਜੀ, ਜਿਉਂ ਜਿਉਂ ਕਲਯੁਗ ਦਾ ਸਮਾਂ ਆ ਰਿਹਾ ਤਿਉਂ ਤਿਉਂ ਰੋਗ ਵੱਧਦੇ ਜਾ ਰਹੇ ਹੈ ਔਰ ਟੋਕਾ ਟੋਕੀ ਵੱਧਦੀ ਜਾ ਰਹੀ ਹੈ। ਧਰਮ ਤੋਂ ਅਸੀਂ ਛੀਨ ਹੁੰਦੇ ਜਾ ਰਹੇ ਹਾਂ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਖਾਲਸਾ ਜੀ ਸੂਰਮਿਆਂ ਦਾ ਆਹਾਰ ਹੈ ਜਿਹੜਾ, ਇਸੇ ਕਰਕੇ ਵਿਦੇ ਸਾਕੀਆ ਸਾਗਰੇ ਸਬਜ ਗੂੰ ਕੇ ਮਾਰਾ ਬਕਾਰਸ ਜੰਗ ਅੰਦਰੂ ਲਵਾ ਲਬ ਕੁੰ ਦੰਬ ਦਮ ਨੋਸ਼ ਕੁੰ ਗਮੇ ਹਰ ਦੁਆਲੰ ਫਰਾਮੋਸ਼ ਕੁੰ। ਇਹ ਤਾਦਕ ਸਤਸੰਗ ਜੀ ਬਚਨ ਦਸਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਨ। ਐਵੇਂ ਜੀ ਮੈਨੂੰ ਤਾਂ ਨਾਮ ਦਾ ਹੀ ਅਮਲ ਚੜਿਆ ਹੋਇਆ, ਫਲਾਣਾ ਤਾਂ ਰੋਟੀ ਨਹੀਂ ਖਾਂਦਾ ਜੀ, ਉਹਨੂੰ ਤਾਂ ਨਾਮ ਦਾ ਹੀ ਆਸਰਾ। ਨਾਮ ਦਾ ਆਧਾਰ ਮਨ ਨੂੰ ਹੈ ਸਤਸੰਗ ਜੀ, ਤਨ ਨੂੰ ਨਹੀਂ। ਖਿਮਾ ਕਰਨੀ, ਤਨ ਦਾ ਆਧਾਰ ਭੋਜਨ ਹੈ। ਭੁੱਖੇ ਭਗਤ ਨਾ ਕੀਜੈ, ਆ ਲੰਗਰ ਖਾ ਤੇ ਥੱਲੇ ਚਲਾਏ ਨੇ ਭੋਜਨ। ਪੇਟ ਦਾ ਆਧਾਰ ਭੋਜਨ ਹੈ, ਮਨ ਦਾ ਆਧਾਰ ਆ ਜਿਹੜੀ ਖੁਰਾਕ ਆਪਾਂ ਇੱਥੇ ਬੈਠੇ ਖਾਂਦੇ। ਜੇ ਕੋਈ ਤਬਦੀਲ ਕਰ ਦੇਵੇ, ਲੈ ਤੂੰ ਗ੍ਰਹਿਣ ਦੇ ਨਾਮ ਦੇ ਆਸਰੇ ਭੁੱਖਾ ਮਰ ਦੂ ਦੂਜੇ ਦਿਨ ਸਤਸੰਗ ਜੀ ਉਹਨੂੰ। ਇਸ ਕਰਕੇ ਜਿਹੜੀ ਸਹੀ ਬਾਤ ਆ ਉਹੀ ਸੰਗਤ ਚ ਕਹਿਣੀ ਚਾਹੀਏ। ਸਾਡੇ ਵਿੱਚ ਸੰਪਰਦਾਵਾਂ ਵੀ ਤਦੇ ਫੁੱਟਾਂ ਪੈ ਗਈਆਂ, ਕੋਈ ਕਹਿੰਦਾ ਮੈਂ ਤਾਂ ਜੀ ਇਹੋ ਜਿਹਾ, ਕੋਈ ਕਹਿੰਦਾ ਇਸ ਤਰ੍ਹਾਂ ਦਾ। ਸੋ ਧਰਮ ਸਤਸੰਗ ਜੀ ਜਿੱਥੇ ਤੱਕ ਹੋ ਰਹੇ ਹੈ ਧਰਮ ਦੇ ਸਹਿਤ ਜੀਵਨ ਬਤੀਤ ਕਰਨਾ ਚਾਹੀਏ। ਸੋ ਗੁਰੂ ਘਰ ਦੇ ਅੰਦਰ ਸਤਸੰਗ ਜੀ ਐਸੀਆਂ ਸਰਦਾਈਆਂ ਹੋਣੀਆਂ ਵਿੱਚ ਸਤਸੰਗ ਜੀ ਥੋੜਾ ਜਿਹਾ ਸੁੱਖਾ ਪਾ ਲੈਣ, ਔਰ ਜੇ ਇਸ ਨੂੰ ਪੁੱਠ ਦੇ ਦਈਏ ਤਾਂ ਜ਼ਹਿਰ ਬਣ ਜਾਂਦਾ, ਅਰਦਾਸਾ ਵੀ ਨਹੀਂ ਸੋਧਿਆ ਜਾਂਦਾ, ਇਹ ਵੀ ਮਰਜ਼ਾਦਾ ਹੈ। ਸੋ ਸਤਸੰਗਤ ਜੀ ਐਸੀਆਂ ਜਿਹੜੀਆਂ ਮਰਜ਼ਾਦਾ ਨੇ, ਸ਼ਸਤਰਧਾਰੀ ਹੋਣਾ ਨਾਲ ਹੀ ਐਸੀਆਂ ਚੀਜ਼ਾਂ ਦਾ ਪ੍ਰਯੋਗ ਕਰਨਾ, ਉਹ ਖਾਲਸਾ ਜੀ ਸੰਗਤ ਵਿੱਚ ਵਿਚਾਰਾਂਗੇ, ਪੜ੍ਹਾਂਗੇ, ਸੁਣਾਂਗੇ, ਤਦੇ ਆਪਾਂ ਨੂੰ ਪਤਾ ਲੱਗੇਗਾ, ਨਹੀਂ ਤਾਂ ਕੀ। ਨਹੀਂ ਤਾਂ ਕਹਿੰਦਾ ਲੈ ਨਿਹੰਗ ਸੁੱਖਾ ਪੀ ਜਾਂਦਾ, ਮੈਂ ਸ਼ਰਾਬ ਪੀ ਜਾਂਦਾ, ਕੀ ਫਰਕ ਹੈ। ਉਹ ਕਹਿੰਦੇ ਅਸੀਂ ਗੰਦਾ ਧੂੰਆਂ ਪੀ ਜਾ, ਕੀ ਸਿੱਖਾਂ ਸਾਡਾ ਫਰਕ ਹੈ। ਬਹੁਤ ਕੁਛ ਦੁਨੀਆ ਸਤਸੰਗ ਜੀ ਆਪਣੇ ਮੂੰਹ ਆਈਆਂ ਬੋਲਦੀ ਹੈ, ਲੇਕਿਨ ਗੁਰਸਿੱਖੋ ਆਪ ਜੀ ਨੇ ਪਿਛਲੇ ਪਹਿਰ ਦੀਆਂ ਨਿਹਾਰੀਆਂ, ਦੁੱਖ ਨਾ ਬਿਮਾਰੀਆਂ, ਸਰਦਾਈ ਛੱਕ ਕੇ ਆਪ ਜੀ ਨੇ ਸਤਸੰਗ ਜੀ ਸਾਵਧਾਨ ਹੋਏ। ਗੁਰੂ ਹਰਗੋਬਿੰਦ ਸਾਹਿਬ ਜੀ